ਅਸਲਾਮ ਵਾਲੇਕੁਮ ਦੋਸਤੋ, ਮੂੰਜੀ ਮਾਰਕੀਟ ਦੋਸਤੋ ਤਾਰੀਖ ਦੀ ਕਮ ਤਰੀਨ ਸਤਾ 'ਤੇ ਪਹੁੰਚ ਗਈ ਹੈ। ਰੇਟ ਦਿਨ ਬ ਦਿਨ ਕਾਫੀ ਡਾਊਨ ਹੋ ਰਹੇ ਨੇ, ਲੇਕਿਨ ਅੱਜ ਤਾਂ ਕੰਮ ਅਖੀਰ ਹੀ ਹੋ ਗਿਆ। ਅੱਗੋਂ ਬਾਰਿਸ਼ਾਂ ਦਾ ਵੀ ਸੀਜ਼ਨ ਹੈ, ਬਾਕੀ ਮੂੰਜੀ ਮਾਰਕੀਟ ਦੀ ਇਹ ਸਮਝ ਲਓ ਕਿ ਪ੍ਰੋਗਰਾਮ ਵਰ ਗਿਆ। ਜਿਸ ਤਰ੍ਹਾਂ ਪਹਿਲਾਂ ਗੰਦਮ ਦਾ ਵਰਿਆ ਸੀ ਅਤੇ ਮੂੰਜੀ ਦਾ, ਉਹਦੇ ਨਾਲ ਵੀ ਡਾਊਨ ਹੋ ਗਿਆ। ਗੱਲ ਕਰੀਏ ਧਾਨ 86 ਦੀ, ਤਾਂ ਰੇਟ ਮਿਲ ਰਿਹਾ ਜੀ 1800 ਰੁਪਏ ਤੋਂ ਲੈ ਕੇ 2000 ਰੁਪਇਆ ਰੁਪਏ ਤੱਕ ਫੀ ਮਨ, 40 ਕਿਲੋਗ੍ਰਾਮ ਦੇ ਹਿਸਾਬ ਨਾਲ। ਸੁਪਰ ਫੈਨ ਦੀ ਗੱਲ ਕਰੀਏ ਤਾਂ 2000 ਰੁਪਏ ਤੋਂ ਲੈ ਕੇ 2350 ਰੁਪਏ ਤੱਕ ਰੇਟ ਪਹੁੰਚ ਗਏ ਨੇ। 1509 ਨਵਾਂ ਮਾਲ ਜਿਹੜਾ 3000 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਪਹੁੰਚ ਗਿਆ। ਪੁਰਾਣਾ ਮਾਲ 3700 ਰੁਪਏ ਤੋਂ ਲੈ ਕੇ 4200 ਰੁਪਏ ਤੱਕ ਹੈ। ਸਰਸੋਂ ਦੀ ਗੱਲ ਕਰ ਲਈਏ 5800 ਰੁਪਏ ਤੋਂ ਲੈ ਕੇ 6300 ਰੁਪਏ ਤੱਕ ਜੇ। ਗੰਦਮ 2600 ਰੁਪਏ ਤੋਂ ਲੈ ਕੇ 2660 ਰੁਪਏ ਤੱਕ ਮਿਲ ਰਹੀ ਹੈ ਜੀ ਮਾਰਕੀਟ 'ਚ। ਅਤੇ ਇਸ ਤੋਂ ਇਲਾਵਾ ਤਿਲ ਦੀ ਗੱਲ ਕਰੀਏ, ਵਾਹਦ ਅਜਨਾਸ ਜੀ ਦਾ ਰੇਟ ਟਾਪ ਹੀ ਰਹਿੰਦਾ ਹਰ ਟਾਈਮ, 13600 ਰੁਪਏ ਤੋਂ ਲੈ ਕੇ 14200 ਰੁਪਏ ਤੱਕ ਜੇ। ਅਤੇ ਕਪਾਸ ਦੀ ਗੱਲ ਕਰ ਲਈਏ, 7200 ਰੁਪਏ ਤੋਂ ਲੈ ਕੇ 8000 ਰੁਪਏ ਤੱਕ ਜੇ। ਇਸ ਤੋਂ ਇਲਾਵਾ ਮਕਈ ਦੀ ਵੀ ਗੱਲ ਕਰ ਲਈਏ, 2000 ਰੁਪਏ ਤੋਂ ਲੈ ਕੇ 2300 ਰੁਪਏ ਤੱਕ ਹੈ ਮਕਈ, ਅੱਛੀ ਕੁਆਲਿਟੀ ਦੀ। ਵੰਡਾ ਕੁਆਲਿਟੀ ਜਿਹੜੀ ਹੈ 1500 ਰੁਪਏ ਤੋਂ ਲੈ ਕੇ 1850 ਰੁਪਏ ਤੱਕ ਸੇਲ ਹੋ ਰਹੀ ਹੈ। ਇਸ ਤੋਂ ਇਲਾਵਾ ਮੂੰਜੀ ਦੀ ਵਰਾਇਟੀ ਕਾਇਨਾਤ ਦੀ ਗੱਲ ਕਰ ਲਈਏ, ਕਾਇਨਾਤ 1121 ਦੀ, ਅਤੇ ਇਹਦਾ ਮਾਰਕੀਟ ਦਾ ਜਿਹੜਾ ਨਵਾਂ ਮਾਲ ਆ ਰਿਹਾ ਉਹਦਾ ਰੇਟ ਤਕਰੀਬਨ 3000 ਰੁਪਏ ਤੋਂ ਲੈ ਕੇ 3600 ਰੁਪਏ ਤੱਕ ਮਿਲ ਰਿਹਾ, ਜਬਕਿ ਇਹਦਾ ਜਿਹੜਾ ਪੁਰਾਣਾ ਮਾਲ ਹੈ 3900 ਰੁਪਏ ਤੋਂ ਲੈ ਕੇ 4150 ਰੁਪਏ ਤੱਕ ਕਾਇਨਾਤ 1121 ਦਾ ਮਾਲ ਮਾਰਕੀਟ ਦੇ ਵਿੱਚ ਸੇਲ ਹੋ ਰਿਹਾ। ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰ ਦੇਣੀ ਹੈ, ਦੋਸਤਾਂ ਨਾਲ ਲਾਜ਼ਮੀ ਸ਼ੇਅਰ ਕਰਨੀ ਹੈ ਜੀ।